ਵੀਰੇ ਫਿਰ ਤਾਂ ਤੇਰਾ ਮਰਨਾ ਜਾਇਜ਼ ਹੈ। ਉਹ ਮਰੂੰਗਾ ਤਾਂ ਜੇ ਸਾਲੀ ਟ੍ਰੇਨ ਆਊਗੀ। ਉਹ ਆ ਗਈ ਓ ਮੈਨੂੰ ਤਾਂ ਸਾਲੀ ਦੀਂਦੀ ਤਾਂ ਹੈ ਨਹੀਂ ਕਿਤੇ। ਓਏ ਦੇਖਣੀ ਹੈ ਤਾਂ ਬਈ ਕੋਲੇ ਆਓ। ਓ ਜਾ ਸਾਲਾ, ਮੈਂ ਕਹਿ ਕਿਤੇ ਟ੍ਰੇਨ ਆ ਗਈ। ਓ ਮੇਰੀ ਤਾਂ ਤਿੰਨਾਂ ਦਿਨਾਂ ਦੀ ਫਸੀ ਆ ਗਈ। ਓਏ ਗੱਡੀ ਤਾਂ 8-10 ਦਿਨਾਂ ਦੀ ਨਹੀਂ ਆਈ। ਕਿਉਂ? ਓਏ ਪਿਛਲੇ ਪਿੰਡ ਕੋਈ ਪਟੜੀ ਦੇ ਗਾਡਰ ਪੱਟ ਕੇ ਲੈ ਗਿਆ। ਅੱਛਾ ਯਾਰ, ਫਿਰ ਤਾਂ ਕਿਸੇ ਅੱਤਵਾਦੀ ਦਾ ਕੰਮ ਲੱਗਦਾ ਇਹ। ਉਹ ਕਿਹੜੇ ਅੱਤਵਾਦੀ ਦਾ ਕੰਮ ਹੈ? ਉਹ ਕਿਸੇ ਨਸ਼ੇੜੀ ਨੇ ਵੇਚਤੇ ਹੋਣੇ ਆ ਗਾਡਰ ਪੱਟ ਕੇ। ਪਰ ਸਾਨੂੰ ਤੇ ਪਸੂੜੀ ਪਾਤੀ ਨਾ। ਉੱਤੋਂ ਅਫਸਰਾਂ ਦੀ ਆਰਡਰ ਆ ਗਏ ਵੀ 24 ਘੰਟੇ ਜਾ ਕੇ ਪਟੜੀਆਂ ਤੇ ਗਸ਼ਤ ਕਰੋ। ਯਾਰ ਟਹਿਲ ਸਿਆਂ ਬੰਦਾ ਇਹਨਾਂ ਅਫਸਰਾਂ ਨੂੰ ਸਮਝਾਵੇ ਬਈ ਆ ਗਾਡਰ ਪੱਟਣ ਵਾਲੇ ਹੁਣ ਤੱਕ ਉੱਥੇ ਬੈਠੇ ਹੋਣਗੇ। ਬਈ ਪੁਲਿਸ ਜੀ, ਆਪਾਂ ਤੇ ਗਾਡਰ ਪੱਟ ਲਿਆ ਆਣ ਕੇ ਸਾਨੂੰ ਲੋ। ਤੂੰ ਬਾ ਤੇ ਦੰਦ ਨਾ ਕੱਢ ਤੇ ਗੱਡੀ ਸਾਈਡ ਤੇ ਲਾ ਦੋ ਮਿੰਟ। ਕਿਉਂ ਜਨਾਬ, ਨਿਕਲ ਗਿਆ? ਆਹੋ, ਕੋਈ ਇਤਰਾਜ਼? ਜਨਾਬ ਤੁਹਾਨੂੰ ਕਿੰਨੀ ਵਾਰੀ ਕਿਹਾ ਤੁਹਾਨੂੰ ਸ਼ੂਗਰ ਹੈ, ਦਾਰੂ ਘੱਟ ਪੀਆ ਕਰੋ, ਪਰ ਤੁਸੀਂ ਦਾਰੂ ਨੂੰ ਐਂ ਪੈਨੇ ਜਿਵੇਂ ਕਾਂ ਟੁੱਕ ਨੂੰ ਪੈਂਦਾ। ਉਹ ਜਦੋਂ ਫ੍ਰੀ ਦੀ ਮਿਲਦੀ ਹੋਵੇ ਕਿੱਥੇ ਰਿਹਾ ਜਾਂਦਾ। ਉਹ ਮੂੰਹ ਪਰਾਂ ਨੂੰ ਕਰ ਲਓ। ਕਰੋ ਜੀ, ਮੇਲਾ ਲੱਗਾ ਇੱਥੇ। ਜਨਾਬ ਦਾ ਢਿੱਡ ਦੇਖਿਆ ਕਿਵੇਂ ਹੈ, ਜਿਵੇਂ ਸੂਰੀ ਸੂਣ ਵਾਲੀ ਹੁੰਦੀ ਹੈ। ਉਹ ਜਿਹੜੇ ਪਿਛਲੇ ਪਿੰਡ ਗਾਡਰ ਚੋਰੀ ਕੀਤੇ ਆ ਨਾ, ਉਹ ਤੁਸੀਂ ਕੀਤੇ ਆ ਤੇ ਹੁਣ ਇੱਥੇ ਘਾਟ ਲਾਈ ਬੈਠੇ ਹੋ। ਉਹ ਤੈਨੂੰ ਅਸੀਂ ਗਾਡਰ ਚੋਰ ਲੱਗਦੇ ਆ ਤੇ ਹੋਰ ਚੋਰਾਂ ਦੀ ਕੀ ਗੱਲ, ਚ ਆਈਡੈਂਟੀ ਕਾਰਡ ਪਾਏ ਹੁੰਦੇ ਆ। ਖੜ ਜਾਓ, ਤੇਰੀ ਉਹ ਤੇਰੀ ਮੰਪੇ ਉਹ ਟੈਲਸੀਆ, ਉਹ ਕਿਹੜਾ ਫੜੀ ਜਰਾ ਇਹਨਾਂ ਨੂੰ। ਕਿਹੜੀ ਧਾਰਾ ਲੱਗਦੀ ਇਸ ਕੇਸ ਤੇ? ਇਸ ਤੇ ਲੱਗਦੀ ਹੈ ਜੀ ਆਪਣਾ, ਨਾ ਤੁਹਾਨੂੰ ਨੀ ਪਤਾ? ਉਹ ਮੈਨੂੰ ਤਾਂ ਪਤਾ, ਮੈਂ ਤੇ ਇਹ ਵੇਖਣਾ ਚਾਹੁੰਦਾ ਵੀ ਤੇਰੀ ਕਾਨੂੰਨ ਬਾਰੇ ਕਿੰਨੀ ਕੁ ਜਾਣਕਾਰੀ ਆ। ਖਾਸੀ ਵੱਡੀ ਧਾਰਾ ਲੱਗਦੀ ਹੈ ਜੀ। ਉਹ ਕਿੱਡੀ ਕੁ ਵੱਡੀ? ਜਨਾਬ ਧਾਰਾ ਪਥਾਣ ਜਾ ਕੇ ਲਾ ਲਾਂਗੇ, ਇੱਥੋਂ ਧਾਰਾ ਲਾ ਕੇ ਜ਼ਰੂਰ ਜੀਪ ਤੇ ਭਾਰ ਪਾਣਾ ਜੀ, ਪਹਿਲਾਂ ਹੀ ਲੋੜ ਮੰਨਦੀ ਹੈ। ਯਾਰ ਤੂੰ ਬਹੁਤ ਸਮਝਦਾਰ, ਬਹੁਤ ਤਰੱਕੀ ਕਰੇਗਾ ਤੂੰ ਇੱਕ ਦਿਨ ਮੇਰੇ ਵਾਂਗੂ। ਉਹ ਤੁਸੀਂ ਮੇਰੇ ਵੱਲ ਬਿਟਰ ਬਿਟਰ ਕੀ ਝਾਕਦੇ ਹੋ? ਉਹ ਮੁੰਡਿਓ, ਬਿਠਾਓ ਇਹਨਾਂ ਨੂੰ ਗੱਡੀ 'ਚ। ਕਿਉਂ? ਅੱਧੀ ਪਟਰੀ ਦੇ ਗਾਡਰ ਚੱਕ ਕੇ ਵੇਚ ਦਿੱਤੇ ਤੁਸੀਂ ਤੇ ਪੁੱਛਦਾ ਹੈ ਕਿਉਂ? ਉਹ ਜਨਾਬ ਤੁਹਾਨੂੰ ਕੋਈ ਗਲਤ ਫਹਿਮੀ ਹੋਈ ਆ, ਅਸੀਂ ਤਾਂ ਇੱਥੇ ਮਰਨਾ ਆ। ਮਰਨਾ ਹੈ? ਮਤਲਬ ਸੁਸਾਈਡ? ਹਾਂ, ਆਪਣਾ ਕਤਲ ਆਪਣੇ ਹੱਥੀ, ਆਤਮ ਹੱਤਿਆ। ਇਹ ਤੇ ਪਹਿਲੇ ਕੇਸ ਨਾਲੋਂ ਵੀ ਵੱਡਾ ਕੇਸ ਹੈ ਸੁਣਿਆ। ਟਹਿਲ ਸਿਆ, ਹਾਂਜੀ, ਆਹ ਕੇਸ ਤੇ ਕਿਹੜੀ ਧਾਰਾ ਲੱਗੂਗੀ? ਜਨਾਬ ਐਡੀ ਵੱਡੀ ਧਾਰਾ ਲੱਗੂਗੀ ਕਿ ਇੱਥੋਂ ਥਾਣੇ ਤੱਕ ਧਾਰ ਹੀ ਪੈਂਦੀ ਜਾਊ। ਮੈਨੂੰ ਪਤਾ ਤੂੰ ਕਿੱਥੋਂ ਬੋਲਦਾ। ਨਹੀਂ ਮੈਂ ਜਨਾਬ, ਸਾਡੀ ਜਾਨ ਸਾਡੀ ਮਰਜ਼ੀ, ਅਸੀਂ ਜੋ ਮਰਜ਼ੀ ਕਰੀਏ। ਓਏ ਐਵੇਂ ਕਿਵੇਂ? ਓਏ ਉਹ ਕਾਨੂੰਨ ਦੇ ਹੁੰਦਿਆਂ ਤੁਸੀਂ ਆਪਣੀ ਜਾਨ ਕਿਸ ਤਰ੍ਹਾਂ ਲੈ ਸਕਦੇ ਹੋ? ਓਏ ਅਸੀਂ ਕਾਹਦੇ ਲਈ ਆ ਹੈ? ਜਨਾਬ ਜੀ, ਕਾਨੂੰਨ ਅਸੀਂ ਵੀ ਜਾਣ ਦਿਆਂਗੇ, ਇਹ ਤਾਂ ਰੇਲਵੇ ਪੁਲਿਸ ਦਾ ਕੇਸ ਹੈ। ਹਾਂ, ਓਏ ਮਸਾਂ ਮਸਾਂ ਦੇ ਇੱਕ ਕੇਸ ਮਿਲਿਆ, ਉਹ ਤੁਸੀਂ ਕੀ ਚਾਹੁੰਦੇ ਹੋ ਕਿ ਉਹ ਵੀ ਅਸੀਂ ਪੈਕ ਕਰਾ ਕੇ ਰੇਲਵੇ ਨੂੰ ਗਿਫਟ ਕਰ ਦਈਏ? ਤੂੰ ਥਾਣੇ ਚੱਲ, ਮੈਂ ਤੈਨੂੰ ਦੱਸਦਾ ਤੇਰੇ ਤੇ ਕਿਹੜੇ ਕਿਹੜੇ ਕੇਸ ਪੈਣੇ। ਇੰਨਾ ਮਾਰ ਸਾਲੇ ਦੇ ਪੁੜੇ 2-2 ਇੰਚ ਚੱਕ ਦੇ, ਇਹ ਸਾਲਾ ਧਰਨੇ ਤੱਕ ਹੀ ਜੰਗਲ ਪਾਣੀ ਬਹਿਣ ਨੂੰ ਤਰਸ ਜਾਏ। ਖਿੱਚ ਕੇ ਮਾਰ ਇਹਦੇ, ਖਿੱਚ ਕੇ। ਹੈਲੋ ਜੀ, ਹਾਂਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਮੇਰੇ ਕੋਲ ਹੀ ਨੇ ਜੀ, ਮੈਂ ਕਰਾਉਣਾ ਗੱਲ। ਤੇਰੀ ਭਰਜਾਈ ਦਾ ਕਰਾਉਣੇ ਦਾ SFP ਸਾਹਿਬ ਨੇ। ਜੈ ਹਿੰਦ ਜਨਾਬ। ਹਾਂਜੀ ਜਨਾਬ, ਫੜੇ ਗਏ ਨੇ, ਮੇਰੇ ਸਾਹਮਣੇ ਹਵਾਲਾ 'ਚ ਬੈਠੇ ਨੇ ਜੀ। ਹਾਂਜੀ ਹਾਂਜੀ। ਅੱਛਾ ਜਨਾਬ, ਧੰਨਵਾਦ ਜਨਾਬ, ਜੈ ਹਿੰਦ ਜਨਾਬ। ਟਲ ਸਿਆ, ਇਹ ਮੁੰਡੇ ਤੇ ਮੇਰੀ ਤਰੱਕੀ ਕਰਵਾਉਣ ਆਏ ਨੇ। ਉਹ ਤੈਨੂੰ ਯਾਦ ਹੈ 6 ਮਹੀਨੇ ਪਹਿਲਾਂ ਲਾਲਿਆਂ ਦੀ ਹੱਟੀ 'ਚ ਪਾੜ ਲੱਗਿਆ ਸੀ? ਉਹ ਹਾਂ, ਉਹ ਕੇਸ ਆਪਾਂ ਭੁੱਲ ਹੀ ਗਏ, ਪਾਓ ਇਹਨਾਂ 'ਤੇ। 15 ਕੇਸ ਆਪਾਂ ਪਹਿਲਾਂ ਪਾ ਦੇ ਜੀ, ਇਹ ਲਾਲਿਆਂ ਦਾ ਕੇਸ ਕਿਉਂ ਨਾ ਕਾਮਰੇਡ 'ਤੇ ਪਾ ਦਈਏ? ਉਹ ਤੇਰਾ ਦਿਮਾਗ ਖਰਾਬ ਬੈਠਾ ਲਿਆ, ਇਹ ਤੇ ਜ਼ਿਆਦਾ ਕੇਸ ਪਾ ਦਿੱਤੇ ਤੇ ਕਾਮਰੇਡਾਂ ਨੇ ਥਾਣੇ ਦੇ ਬਾਹਰ ਧਰਨਾ ਲਾ ਦੇਣਾ, ਸਾਰੇ ਬੋਰਡ ਬੁਰਡ ਵੱਟ ਕੇ ਲੈ ਜਾਣੇ ਥਾਣੇ ਦੇ, ਇਹਨਾਂ ਦੇ ਪਾ ਦੇ। ਪਾ ਤਾਂ ਦਿੰਨੇ ਆ, ਪਰ ਦੇਖ ਲਓ ਜੀ, ਉਹ ਦੇਖਣਾ ਕੀ ਹੈ, ਉਹ ਲਾਲੇ SSP ਸਾਹਿਬ ਦੇ ਰਿਸ਼ਤੇਦਾਰ ਨੇ, ਨਾਲੇ ਸਾਨੂੰ ਕੀ ਪਤਾ ਅਗਲਾ ਕੇਸ ਫੜਿਆ ਜਾਣਾ ਕਿ ਨਹੀਂ। ਇਹਨਾਂ ਦੇ ਪਾ ਦੇ।
यार गल नहीं समझ आ रही है, बाढ़ लगन दे तारा कड़ी कड़ी लगती है। ये तो देखनी पौगी। अच्छा चल तू उदो तक देख, मैं तार मार के उन्ना। खुशी जी निकल गया। निकल गया निकल गया। मीरे तेरा नाम की है? गुरदीप सिंह। पर पिंड दियां कुड़ियां मैनू प्यार नाल दीप कहंदियां ने। मेरा नाम है राजवीर सिंह, ते प्यार नाल साडे पिंड दे लोक मैनू राजा बेलड़ कहंदे। अच्छा पर इन्नी चिर बाद तेनू ना पूछना किवें चेते आ गया? पहला तो यह सी कि मरता जाना ही है, उत्ते जाके मुलाकात हो ही जानी है, ना पूछ लूंगा। पर जेड़े हिसाब नाल ढिडल जिहा थानेदार ना अपने केस ते केस पाई जांदा, मैनू लगदा सारी उम्र अपनी जेल च ही लंघनी है। मैं सोचा आपां कट्ठे ही रहने, भरा दा ना ही पुछना की है।